ਅਸਲਾਮੁਅਲੈਕਮ ਸਤ ਸ੍ਰੀ ਅਕਾਲ ਮੈਂ ਸ਼ਫਕਤ ਆਵਨ ਐਡਵੋਕੇਟ ਤੁਹਾਡੀ ਖਿਦਮਤ ਵਿੱਚ ਹਾਜ਼ਰ ਹਾਂ ਅੱਜ ਮੈਂ ਦਿਪਾਲਪੁਰ ਤਹਿਸੀਲ ਦੇ ਪਿੰਡ ਭਗਵਾਨਪੁਰੇ ਆਇਆ ਹੋਇਆ ਹਾਂ ਮੇਰੇ ਨਾਲ ਬਜ਼ੁਰਗ ਨੇ ਤੇ ਆਓ ਇਹਨਾਂ ਨਾਲ ਗੱਲਸ਼ੁਣ ਕਰਨੀ ਹੈ ਅਸਲਾਮੁਅਲੈਕਮ ਜੀ ਅਸਲਾਮੁਅਲੈਕਮ ਕੀ ਨਾਮ ਹੈ ਤੁਹਾਡਾ ਆ ਮੈਂ ਜਲੀ ਤੁਹਾਡੇ ਸਾਹਿਬ ਦਾ ਕੀ ਨਾਮ ਸੀ ਫਾਜ਼ਲ ਮਹਮਦ ਫਜ਼ਲ ਮੁਹੰਮਦ ਬਾਬਾ ਜੀ ਕਦੋਂ ਪਾਕਿਸਤਾਨ ਬਣਿਆ ਕਿੰਨੀ ਉਮਰ ਸੀ ਤੁਹਾਡੀ ਛਾੜੀ ਆ ਜੀ 20 ਸਾਲ 20 ਸਾਲ ਤੇ ਤੁਸੀਂ ਪੈਦਾਸ਼ੀ ਇੱਥੇ ਦੇ ਹੈਗੇ ਹੋ ਸਾਰੀ ਉਮਰਾਂ ਇੱਥੇ ਰਹੇ ਤੁਹਾਡੇ ਬਜ਼ੁਰਗ ਵੀ ਇੱਥੇ ਦੇ ਹੀ ਰਹਿਣ ਵਾਲੇ ਨੇ ਸਾਰੇ ਦਾਦੇ ਦਾਦੇ ਵੀ ਇੱਥੇ ਰਹੇ ਇੱਥੇ ਦੇ ਰਹਿਣ ਵਾਲੇ ਅੱਛਾ ਆਪਾਂ ਹੁਣ ਪਗਵਾਨੇ ਦੀਆਂ ਗੱਲਾਂ ਕਰਨੀਆਂ ਨੇ ਪਾਕਿਸਤਾਨ ਬਣਨ ਤੋਂ ਪਹਿਲੇ ਦੀਆਂ ਹਾਂ ਅੱਛਾ ਤੇ ਬਾਬਾ ਜੀ ਇੱਥੇ ਕੌਣ ਲੋਕ ਰਹਿੰਦੇ ਸਨ ਇੱਥੇ ਜੀ ਮਥਰੇ ਦਾਸ ਹਿੰਦੂ ਆਏ ਉਹ ਰਹਿੰਦੇ ਆ ਹਿੰਦੂ ਰਹਿੰਦੇ ਸੀ ਤੇ ਮੁਸਲਮਾਨ ਵੀ ਹੈਗੇ ਸਨ ਆ ਗਏ ਆ ਪਰ ਹੋ ਜਾਏ ਆ ਰਹੇ ਸੀ ਹਾਂ ਅੱਛਾ ਤੇ ਇੱਥੇ ਦਾ ਨੰਬਰਦਾਰ ਕੌਣ ਹੈਗਾ ਸੀ ਨੰਬਰਦਾਰ ਮਥਰਾ ਮਥਰਾ ਤੇ ਇਸ ਤੋਂ ਇਲਾਵਾ ਹੋਰ ਕੌਣ ਇੱਥੇ ਰਹਿੰਦੇ ਸਨ ਇਹ ਕਸ਼ਮੀਰੀ ਦਾਸ ਕਸ਼ਮੀਰੀ ਦਾਸ ਹੈ ਅੱਛਾ ਤੇ ਜ਼ਿੰਮੇਦਾਰ ਇੱਥੇ ਦੇ ਕੌਣ ਸਨ ਮਾਲਕ ਕਿਹੜੇ ਸਨ ਉਹ ਜੀ ਆਪ ਹੀ ਆਏ ਆਪੇ ਕਸ਼ਮੀਰੀ ਦਾਸ ਤੇ ਮਥਰੇ ਦਾਸ ਹੋਣੀ ਆਹ ਤੇ ਨੌਕਰ ਹੀ ਆਏ ਤੁਸੀਂ ਨੌਕਰ ਹੈਗੇ ਸੀਗੇ ਅੱਛਾ ਬਾਬਾ ਜੀ ਕਿਹੜੇ ਇੱਥੇ ਮੁਸਲਮਾਨ ਤੇ ਹਿੰਦੂ ਕਿਹੜੇ ਰਹਿੰਦੇ ਸਨ ਇਹ ਕਿਵੇਂ ਆਪਸ ਵਿੱਚ ਇਹਨਾਂ ਦਾ ਸਲੂਕ ਕਿਵੇਂ ਦਾ ਸੀ ਏ ਜੀ ਨੰਦੇ ਰਖਬੇ ਹੁੰਦੇ ਆ ਅੱਛਾ ਅਸੀਂ ਗਰੀਬ ਆਦਮੀ ਹੁੰਦੇ ਆ ਅੱਛਾ ਅਸੀਂ ਮੜ ਜਾਤੇ ਕਿਸੇ ਦਾ ਨੰਦੇ ਰਾਖਿਆ ਕਰਨੀਆਂ ਅੱਛਾ ਉਹਨਾਂ ਸਾਡਾ ਪਿਆਰ ਕਰਨਾ ਵੀ ਆ ਕਿਸੇ ਦਾ ਬਾਹਵ ਭੋਏ ਅੱਛਾ ਜੀ ਤੇ ਅਸੀਂ ਉਹਨਾਂ ਦੀਆਂ ਰਾਖਿਆ ਕਰਦੇ ਆ ਰਾਖਿਆ ਕਰਤੇ ਤੇ ਰੋਟੀ ਖਾਂਦੇ ਆ ਰੋਟੀ ਖਾਂਦੇ ਸੀ ਹਾਂ ਅੱਛਾ ਬਾਬਾ ਜੀ ਕਿਹੜਾ ਭਗਵਾਨਾ ਵੇ ਹਾਂ ਇਹਦੇ ਨਾਲ ਦੇ ਪਿੰਡਾਂ ਦੇ ਨਾਂ ਤੇ ਦੱਸੋਗੇ ਨਾਲ ਦੇ ਪਿੰਡਾਂ ਦੇ ਨਿਆਲਾ ਨਿਆਲ ਚੰਦਾ ਨਿਆਲਾ ਅੱਛਾ ਜੀ ਇਹ ਕਿ ਆ ਰਿਆੜਾ ਹੈ ਅੱਛਾ ਜੀ ਪੜਿਆਰ ਕਿੱਥੇ ਰਹਿੰਦੇ ਸੀ ਆ ਜੀ ਨੇੜੇ ਜਾਣ ਇੱਥੇ ਨਾਲ ਹੀ ਕੀ ਪਿੰਡ ਦਾ ਕੀ ਨਾਮ ਹੈ ਪੜਿਆਰ ਹੀ ਪਿੰਡਾਂ ਦਾ ਪਿੰਡ ਦਾ ਨਾਮ ਹੈ ਰਿਆੜਾ ਦਾ ਪਿੰਡ ਹੈ ਅੱਛਾ ਹੋਰ ਕੀ ਬਸ ਵਈਏ ਬਾਤ ਠੀਕ ਹੈ ਅੱਛਾ ਜੀ ਹੋਰ ਨਾਲ ਕੋਈ ਪਿੰਡ ਹੋਰ ਕਿਸੇ ਦਾ ਖੋਟ ਆ ਅੱਛਾ ਹਾਂ अच्छा बबे के नाल दे ਪਿੰਡ ਦੱਸੇ ਜੇ ਤੁਸੀਂ ਹਾਂ ਇੱਥੇ ਕੌਣ ਰਹਿੰਦੇ ਸੀ ਕਿਹੜੀਆਂ ਕੌਮਾਂ ਰਹਿੰਦੀਆਂ ਓਥੇ ਵੀ ਹਿੰਦੂ ਰਹਿੰਦੇ ਆ ਹਿੰਦੂ ਰਹਿੰਦੇ ਸੀ ਹਾਂ ਸਾਰੇ ਹਿੰਦੂ ਆਂਦੇ ਰਕਬੇ ਆ ਹਿੰਦੂ ਅਕਸਰੀਅਤ ਸੀ ਇੱਥੇ ਜ਼ਿਆਦਾ ਹਿੰਦੂ ਸਨ ਆ ਗਨੇ ਹਿੰਦੂ ਆਏ اچھا ਮਾਲਕ ਰਕਬਿਆਂ ਦੇ ਹਿੰਦੂ ਸਨ ਇੱਥੇ ਹਾਂ ਇੱਥੇ ਹੋਰ ਕਿਸੇ ਦਾ ਮਰਲਾ ਹੀ ਨਹੀਂ ਜਾਂ ਜਾ ਸੁੱਕਣਾ ਉਹਨੂੰ ਜਗਾ ਪਈ ਰਵੇ ਤੇ ਆਦਾ ਮੰਜੇ ਖਾ ਲਵੇ اچھا ਯਾਨੀ ਕਿ ਜਗਾ ਇਹਨਾਂ ਦੀ ਸੀ ਮਾਲਕ ਹੈ ਇਸਨ ਜਿਹਨੇ ਜਾਣਾ ਵੇ ਤਾਂ ਆਪਣੀਆਂ ਮੰਜੀਆਂ ਕੱਢੇ ਤੇ ਚਲਾ ਜਾਵੇ ਆ ਚਲਾ ਜਾਵੇ ਕਾਇਸ਼ਾ ਨਹੀਂ ਦੇਣੀ ਕੁਛ ਨਹੀਂ ਦੇਣਾ ਹਾਂ ਅੱਛਾ ਤੇ ਬਾਬਾ ਜੀ ਕਿਹੜੇ ਮੁਸਲਮਾਨ ਸਨ ਇਥੇ ਹਾਂ ਤੇ ਇਹ ਕਦੋਂ ਈਦ ਆਂਦੀ ਸੀ ਬਕਰਾ ਈਦ ਕੁਰਬਾਨੀ ਕੁਰਬਾਨੀ ਕਰਦੇ ਸਨ ਨਹੀਂ ਕਰਨ ਦਿੰਦੇ ਨਹੀਂ ਕਰਨ ਦਿੰਦੇ ਸੀ ਨਹੀਂ ਇਕੱਠਾ ਮਰੇ ਪਿਆ ਵੀ ਮੈਂ ਜੇ ਕਿ ਛੁਕੀ ਗਏ ਤੇ ਕੱਚੇ ਨੂੰ ਛੋਟੀ ਮਾਰੀਏ ਤੇ ਕੱਚਾ ਇਹ ਖੁੰਡੀਆਂ ਮਾਰਦੇ ਪਿਆ ਲਾਲ ਵੀ ਨਹੀਂ ਕਰਨ ਦੇਣਾ ਅੱਛਾ ਉਸ ਤੋਂ ਬਾਅਦ ਸਾਕਿਆ ਠੀਕ ਹੋ ਗਿਆ ਜੀ ਜਵਾਰ ਹੈ ਸਟਿਆ ਜਵਾਰ ਸਟਿਆ ਹਾਂ ਆਉ ਛੂੜੇ ਮੁੜੇ ਖਾਲਾ ਲੈ ਸੇ ਅੱਛਾ ਇੱਥੇ ਛੂੜੇ ਰਹਿੰਦੇ ਸਨ ਕਿ ਨਹੀਂ ਰਹਿੰਦੇ ਸਨ ਰਹਿੰਦੇ ਨੇ ਉਹ ਰਹਿੰਦੇ ਕਿਸੇ ਦਾ ਉਹ ਆਪਣੇ ਐਮਪੀਏ ਇਹ ਜੱਕ ਦਾ ਨਾਂ ਨਹੀਂ ਆਂਦਾ ਪਿਆ ਅੱਛਾ ਜੀ ਉਹ ਇੱਥੇ ਰਹਿੰਦੇ ਆ ਅੱਛਾ ਅਜੇ ਵੀ ਆਏ ਨੇ ਅੱਛਾ ਉਹ ਮੁਸਲਮਾਨ ਹੋ ਗਏ ਕਿ ਛੂੜੇ ਹੀ ਨਹੀਂ ਹੋ ਜਾਈਂ ਹਾਂ ਨਹੀਂ ਨਹੀਂ ਮੁਸਲਮਾਨ ਹੈ ਉਹ ਮੁਸਲਮਾਨ ਹੋ ਗਿਆ ਹਾਂ अच्छा अजय ਵੀ ਆਏ ਅਜੇ ਵੀ ਹੈਗੇ ਹੈਗੇ ਆ আচ্ছা ਤੇ ਬਾਬਾ ਜੀ ਤੁਸੀਂ ਦੱਸਦੇ ਸੀ ਕਿ ਕੋਰਟ ਚੋਂ ਤੁਸੀਂ ਆਏ ਹੈਗੇ ਆ ਆ ਕੋਰਟ ਚੋਂ ਕੋਰਟ ਚੋਂ ਆਏ ਤੇ ਕੌਣ ਹੋਨੇ ਤੁਸੀਂ ਜ਼ਾਦ ਦੇ ਢਕੂ ਆਣੇ ਢਕੂ ਨੇ ਤੁਸੀਂ ਤੇ ਹੋਰ ਵੀ ਘੱਟ ਢਕੂ ਇਹ ਇੱਥੇ ਹੈਗੇ ਸੀ ਪਹਿਲੇ ਕਿ ਨਹੀਂ ਨਹੀਂ ਢਕੂ ਇਹ ਅਸੀਂ ਹੋਰ ਵੀ ਢਕੂ ਅੱਗੇ ਆ ਬੱਚੇ ਆਏ ਇੱਥੇ ਭਗਵਾਨ ਦੇ ਹਾਂ ਅੱਛਾ ਤੇ ਅਸੀਂ ਵੀ ਸਾਨੂੰ ਵੀ ਚਾਲ ਜਾਂਦਾ ਸੀ ਤੁਹਾਨੂੰ ਕੌਣ ਲੈ ਕੇ ਆਇਆ ਸਾਨੂੰ ਲੈ ਆਂਦਾ ਕਸ਼ਮੀਰੀ ਦਾਸ ਕਸ਼ਮੀਰੀ ਤੁਸੀਂ ਉਹਨਾਂ ਦੇ ਰਾਗ ਆ ਗਏ ਸੀ ਕਸ਼ਮੀਰੀ ਦਾਸ ਦੇ ਹਾਂ ਅੱਛਾ ਸਨਖੂ ਦਿੱਤਾ ਭਈਆ ਬਾਈ ਰੱਖੋ ਠੀਕ ਹੋ ਗਿਆ ਬਾਬਾ ਜੀ ਇੱਥੇ ਕਿਹੜੇ ਰਕਬੇ ਸਨ ਹਾਂ ਹੋਣ ਤੇ ਲੋਕ ਹੋ ਗਿਆ ਜੀ ਫਲਾਹ ਦਾ ਮਰੱਬਾ ਤੇ ਫਲਾਹ ਦਾ ਟਿਊਬਲ ਹਾਂ ਤੇ ਪਹਿਲੇ ਖੂਹ ਕਹਿੰਦੇ ਸਨ ਇਹਨਾਂ ਦੇ ਹਾਂ ਹਾਂ ਅੱਛਾ ਇਹਨਾਂ ਦੇ ਖੂਹਾਂ ਦੇ ਨਾਂ ਤੇ ਦੱਸੋਗੇ ਨਾਂ ਜੀ ਡਿੰਗਿਆਂ ਵਾਲਾ ਅੱਛਾ ਤੇ ਹਿੱਗ ਜ਼ਿੰਦਾ ਜੀ ਮਾਇਰ ਵਾਲਾ ਅੱਛਾ ਇਹ ਕਿ ਕਿਸੇ ਦਾ ਫਿਫਲ ਵਾਲਾ ਇਹ ਕਸ਼ਮੀਰੀ ਦੇ ਹਨ ਅੱਛਾ ਜਿਹੜੇ ਦੋ ਮਥਰੇ ਦੇ ਅੱਛਾ ਜੀ ਉਹ ਵਖਰੇ ਹਨ ਉਹ ਕਬਰਾਂ ਲਾਤੀ ਆ ਤੁਪੰਦੇ ਗਾਇਤੇ ਉਹਨਾਂ ਅੱਠ ਦਾ ਖੁੰਦੇ ਵਖਰੇ ਉਹਦੇ ਵਖਰੇ ਹਨ ਉਹਨਾਂ ਦੇ ਵਖਰੇ ਹਨ ਅੱਛਾ ਤੇ ਬਾਬਾ ਜੀ ਕਿਹੜੇ ਮਥਰਾ ਦਾਸ ਤੇ ਕਸ਼ਮੀਰੀ ਦਾਸ ਕਿਹੜਾ ਥੀ ਇਹਦੇ ਪੁੱਤਰ ਵੀ ਕੋਈ ਹੈਗੇ ਸਨ ਕਿ ਇਹਨਾਂ ਦੇ ਦੋ ਪੁੱਤਰ ਆ ਕਸ਼ਮੀਰੀ ਦੇ ਅੱਛਾ ਜੀ ਕੀ ਨਾਮ ਸੀ ਉਹਨਾਂ ਯਾਦ ਜੇ ਕੋਈ ਲੱਗ ਕਿ ਰਾਮ ਤੇ ਫਿਲਾ ਕਰਾ ਨਿਲਗਰਾਮ ਤੇ ਫਿਲਗਰਾਮ ਨਿਲਗਰਾਮ ਅੱਛਾ ਤੇ ਕੀ ਉਮਰਾ ਸੀ ਉਹਨੇ ਤੁਹਾਡੇ ਜਿਹੜੇ ਸਨ ਜਾਂ ਛੋਟੇ ਸਨ ਛੜਿਆ ਕਿ ਛੁਰ ਵਾਵਾ ਘਬਰਾਟਾ ਅੱਛਾ ਤੇ ਜਵਾਬ ਦੇ ਰਾ ਅੱਛਾ ਪਰਨੇ ਮੈਨਾਂ ਕਿ ਨਹੀਂ ਆਇਆ ਇਥੂ ਉੱਛਲ ਗਿਆ ਤਾਂ ਜੈਸਾ ਗਾਇੰਤਾ ਅੱਛਾ ਚਲੇ ਗਿਆ ਥੂ ਅੱਛਾ ਬਾਬਾ ਜੀ ਤੁਸੀਂ ਇਹਨਾਂ ਦੇ ਨਾਲ ਖੇਲਦੇ ਖੂਲਦੇ ਹੁੰਦੇ ਸੀ ਕਿ ਨਹੀਂ 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 ਖੇਡ ਖੂਡ ਕੋਈ ਨਹੀਂ ਤੁਹਾਡਾ ਮੁਸਲਮਾਨਾਂ ਦਾ ਇਹਨਾਂ ਦਾ ਕਿਵੇਂ ਕੱਲ੍ਹ ਕੀ ਸੀ ਨਹੀਂ ਖੇਡ ਦੇ ਖੋਡ ਦੇ ਕੋਈ ਨਹੀਂ ਹੋਤਾ ਉੱਥੇ ਬਣਾ ਅੱਛਾ ਤੇ ਸਾਦਾ ਕੰਮ ਕਰਨਾ ਤੁਸੀਂ ਆਪਣਾ ਕੰਮ ਕਰਨਾ ਇਹਨਾਂ ਦੇ ਨਾਲ ਜ਼ਿਆਦਾ ਤੁਸੀਂ ਨਹੀਂ 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 ਗਰੀਬੀ ਨਹੀਂ ਵੜਨਾ ਗਰੀਬੀ ਨਹੀਂ ਵੜਨਾ ਅੱਛਾ ਬਣਾ ਨਾਲ ਵੀ ਨਹੀਂ ਜਾਣਾ ਅੱਛਾ ਹਾਂ ਠੀਕ ਹੋ ਗਿਆ ਤੇ ਕਦੋਂ ਸ਼ਾਦੀ ਵਿਆਹ ਹੁੰਦੇ ਸਨ ਤੇ ਕੋਈ ਸਾਦੇ ਸੁਧਦੇ ਸੀ ਤੁਹਾਨੂੰ ਕੋਈ ਕਿ ਨਹੀਂ ਨਹੀਂ ਆਪੋ ਆਪ ਦੇ ਆਪਣੇ ਆਪ ਅੱਛਾ ਸ਼ਾਦੀ ਦੇ ਕਿ ਆਮਣਾ ਅੱਛਾ ਹਾਂ ਕੋਈ ਨਹੀਂ ਅੱਛਾ ਤਾਂ ਕਿਵੇਂ ਰਹਿੰਦੇ ਸੀ ਨੇ ਤਾਂ ਰਹਿਣ ਸਹਿਣ ਕਿਵੇਂ ਸੀ ਮੁਸਲਮਾਨਾ ਤਾਂ ਕਿਵੇਂ ਅਲੱਗ ਥਲੱਗ ਗਿਆ ਸੀ ਕੋਈ ਨਹੀਂ ਜੀ ਛੇੜਦੇ ਛੁੱਟਦੇ ਆ ਸਾਨੂੰ ਅੱਛਾ ਬੋਏ ਦਿੱਤੀ ਚਾ ਹਾਂ ਹਾਂ ਕਹਾਵੈ ਰਕਦੇ ਆਇਆ ਤੇ ਫੇਰਾ ਮਾਰ ਤੇ ਕੋੜੇ ਤੇ ਹਟ ਗਏ ਚਲੇ ਗਏ ਹਾਂ ਚੋ ਨਾ ਦੂਰ ਬਾਣਾ ਆਪਣੇ ਮੁਸਲਮਾਨਾਂ ਵਿੱਚ ਨਹੀਂ ਬਾਣਾ ਨਹੀਂ ਬੰਦੇਗੇ ਸੀ ਆ ਜੋ ਰੇਡਾ ਬਾਣਾ ਉੱਥੇ ਬਾਣਾ ਅੱਛਾ ਪੀੜਾ ਗਾਤੇ ਠੀਕ ਹੋ ਗਿਆ ਹਾਂ ਉਹ ਕਾ ਨਹੀਂ ਵੀਰ ਨਾ ਕਿਸੇ ਦਾ ਮੁਸਲਮਾਨ ਦਾ ਇਹ ਬੰਡੇ ਨੇ ਵੀ ਹੱਥ ਲੱਗ ਗਿਆ ਤੇ ਨਫਨ ਸਨ ਅੱਛਾ ਤੇ ਬਾਬਾ ਜੀ ਆਵੇ ਹੁੱਕਾ ਪੀਂਦੇ ਸਨ ਕਿ ਨਹੀਂ ਹੁੱਕਾ ਦਾ ਉਹ ਆਦਾ ਵਖਰਾ ਪੀਂਦੇ ਆ ਪੀਂਦੇ ਹਗੇ ਸੀ ਉਹ ਆ ਵਖਰਾ ਵਖਰਾ ਪੀਂਦੇ ਸੀ ਹਾਂ ਅੱਛਾ ਤੇ ਐਸ ਲਾ ਕੇ ਸਿੱਖ ਵੀ ਹਗੇ ਸੀ ਕਿ ਨਹੀਂ ਹੈਗੇ ਐ ਜਵਾ ਸਿੱਖਾ ਰਖੂ ਬਾਗ ਸਿੰਘ ਬਾਗ ਸਿੰਘ ਅੱਛਾ ਬਾਗ ਸਿੰਘ ਅੱਛਾ ਤੇ ਰੋਡਾ ਅੱਛਾ ਤੇ ਮੱਖੂ ਅੱਛਾ ਤੇ ਨੱਥੂ ਅੱਛਾ ਇਹ ਆ ਨੰਦਾ ਇੱਥੇ ਖੂ ਨੇੜੇ ਖੜਾ ਚਾਰ ਖੂ ਆ ਤਰਾ ਖੂ ਆ ਉਹ ਵੀ ਭਗਵਾਨੇ ਦੇ ਵਿੱਚ ਹੀ ਸਨ ਲੈ ਹਾਂ ਉਹ ਆ ਪਰ ਆਂ ਪਰਾਂ ਦੇ ਪਰ ਨਾਲ ਹੈ ਅੱਛਾ ਹਾਂ ਹੋਰ ਪਿੰਡ ਹੈਗਾ ਸੀ ਆ ਕੋਟ ਦੇ ਆ ਕੋਟ ਦੇ ਹਾਂ ਅੱਛਾ ਤੇ ਇਹ ਕਿਹੜਾ ਕੋਟ ਹੈਗਾ ਇਹ ਦੋ ਕੋਟ ਨੇ ਨਵਾਂ ਕੋਟ ਤੇ ਦੂਸਰਾ ਕੋਟ ਇੱਕੋ ਹੀ ਹੈਗਾ ਵੇ ਮੈਂ ਇੱਕੋ ਹੀ ਕੋਟ ਹੈ ਜੀ ਇੱਕੋ ਹੀ ਕੋਟ ਹੈਗਾ ਹਾਂ ਅੱਛਾ ਠੀਕ ਇਹ ਵੀ ਸੰਦਾਸ ਦਾ ਅੱਛਾ ਜੀ ਹਾਂ ਠੀਕ ਠੀਕ ਅੱਛਾ ਅੱਛਾ ਬਾਬਾ ਜੀ ਤੁਸੀਂ ਦੱਸ ਦੇ ਜੀ ਪਾਗ ਇਹਨਾਂ ਦੀ ਕਿਹੜੀ ਸੀ ਕਿਹੜੇ ਹਿੰਦੂ ਆ ਕਸ਼ਮੀਰੀ ਦਾਸ ਤੇ ਮਥਰਾ ਦਾਸ ਬੰਦੇ ਸਨ ਸਿਰ ਤੇ ਉਹ ਕਿਵੇਂ ਦੀ ਬੰਦੇ ਸਨ ਤੁਸੀਂ ਦੱਸ ਦੇ ਸੋ ਅੱਛਾ ਜੀ ਵੀ ਹੈਡ ਸਿੱਖੂ ਜਿਹਾ ਹੁੰਦਾ ਹੈ ਅੱਛਾ ਤੇ ਉੱਤੇ ਮੜ ਪਾਗ ਬੰਦੇ ਤਾਂ ਹੀ ਦੂੰ ਅਜ ਤੰਦਰਿਆ ਆ ਜਾਂਦੀ ਥੱਲੇ ਤੱਕ ਲੰਮਾ ਛੱਡਿਆ ਹੋਣਾ ਪਿੱਛੋਂ ਪੰਜ ਗਾਇ ਦੀ ਸਾਤ ਦੀ ਹੋਣੀ ਹੈ ਅੱਛਾ ਠੀਕ ਹੋ ਗਿਆ ਜੈਸੀ ਦਾ ਮੜ 20 ਸਾਲਾਂ ਦੇ ਚਾਰ ਆਏ

ਦੋਏ ਦਾ ਨਾਮ ਇਹ ਬੁੱਲਾ ਖੜਾ ਹੈ ਉਹ ਭయ్యా ਦਰਖਾਨ ਆਏ ਅੱਛਾ ਜੀ ਆ ਦਰਖਾਨ ਵੀ ਰਹੇ ਨੇ ਸਾਰੇ ਕੰਮੇ ਪੂਰੇ ਹੈ ਅੱਛਾ ਹਾਂ ਠੀਕ ਤੇ ਇਹ ਬਾਬਾ ਜੀ ਕਿਹੜੇ ਹਿੰਦੂ ਸਨ ਹੈ ਸਰ ਕਸ਼ਮੀਰੀ ਦਾਸ ਮਥਰਾ ਦਾਸ ਹਾਂ ਇਹ ਇੰਡੀਆ ਚ ਕਿੱਥੋਂ ਸਾਨੂੰ ਪਤਾ ਕੋਈ ਕਿੱਥੇ ਜਾਂਦੇ ਸਨ ਕਿ ਇੱਥੇ ਜਿ ਰਹਿਣੇ ਵਾਲੇ ਸੀ ਹੈ ਇੱਥੇ ਜਿ ਰਹਿਣੇ ਵਾਲੇ ਆ ਜੀ ਕਿ ਅੱਜ ਫਾਲਪੁਰ ਦੇ ਨਾਮ ਹੈ ਕਿਲਾ ਹਾਂ ਕਿਲੇ ਜਾਂਦੇ ਆਏ ਇਹ ਕਿਲੇ ਜਾਂਦੇ ਸੀ ਹਾਂ ਕਿਲਾ ਇੱਥੇ ਨਾਲ ਖੜਾ ਹੈ ਠੀਕ ਹੋ ਗਿਆ ਬਾਬਾ ਜੀ ਇੱਥੇ ਦਿਪਾਲਪੁਰ ਸ਼ਹਿਰ ਇੱਥੇ ਹਾਂ ਹਾਂ ਜਿੰਨ ਠੱਕੀ ਦੇ ਉੱਤੇ ਕਿਲਾ ਵੇ ਨਾ ਆ ਕਿਲਾ ਹੈ ਹਾਂ ਹਾਂ ਅੱਛਾ ਉੱਥੇ ਜਾਂਦੇ ਸਨ ਹਾਂ ਉੱਥੇ ਜਾਂ ਜਾ ਤੇ ਮੋੜ ਉੱਥੇ ਬੇਲੀ ਸਾਥੀ ਗਿਆ ਆਦੇ ਬਿਆਦਰੀ ਉੱਥੇ ਮੋੜ ਆਂਦੇ अच्छा ਇਹਨਾਂ ਦਾ ਇੱਥੇ ਮੰਦਿਰ ਵੀ ਹੈਗਾ ਸੀ ਕੋਈ ਕਿ ਨਹੀਂ ਹੈਗੇ ਆਏ ਬੜੇ ਆਏ ਕਿੱਥੇ ਸੀ ਇਹ ਕੋਟੇ ਵੀ ਆ ਦੋਏ ਆਏ اچھا ਇੱਕ ਪਰ ਹਾਂ ਕਿਸੇ ਦਾ ਪਲਾੜਾ ਦੇ ਨਾਲ ਅਹੀਂ ਕਰਦੇ اچھا ਹਾਂ ਮੰਦਿਰ ਵੀ ਹੁੰਦੇ ਇਹਨਾਂ ਦੇ ਨਹੀਂ ਇੱਥੇ ਭਗਵਾਨੇ ਹੈਗਾ ਸੀ ਕੋਈ ਮੰਦਿਰ ਕਿ ਨਹੀਂ ਹਾਂ ਹਾਂ ਭਗਵਾਨੇ ਹਾਂ ਪਰ ਹਾਂ ਕਿਸੇ ਦਾ ਗਾਠ ਵਾਲੇ ਖੂਕੋਲ اچھا ਹਾਂ ਪਹਿਲੇ ਕੱਚੇ اچھا ਉੱਥੇ ਜਾਂਦੇ ਸਨ ਹਾਂ ਠੀਕ ਹੋ ਗਿਆ ਜੀ اچھا ਤੇ ਇਹਨਾਂ ਦੇ ਕੋਈ ਇੱਕ ਦੋ ਕੋਈ ਬੰਦਾ ਮਰ ਜਾਂਦਾ ਸੀ ਮਾਰ ਜਾਂਦਾ ਤੇ ਸਾਰਦੇ ਆ ਜੀ ਅੱਛਾ ਤੇ ਉਹ ਕਿੱਥੇ ਕਰਦੇ ਸਨ ਜਾ ਕੇ ਸਾਰਦੇ ਸੀ भगवान है अच्छा 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 जी दो किले अच्छा। लकड़ी चा। अच्छा। पीपे तेल अच्छा। नाब तीली लावनी चाग लग जा दौड़ 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 आदम खड़ा राणा पटाका मारना दौड़ दड़ लग पा अच्छा ਪਰ ਮੁਸਲਮਾਨ ਵੀ ਹੋਣਾ ਹੈ ਤੇ ਦੋਇਆ ਵੀ ਹੋਣਾ ਹੈ ਅੱਛਾ ਤੇ ਬਾਬਾ ਜੀ ਮੁਸਲਮਾਨ ਕਿਹੜੇ ਸੀ ਇਹ ਉਹਨਾਂ ਦੇ ਨਾਲ ਉੱਥੇ ਜਾਂਦੇ ਨੇ ਸੋਗ ਦੀ ਵੇ ਤੇ ਉਹਨਾਂ ਦਾ ਅਫਸੋਸ ਕਰਦੇ ਸਨ ਹਾਂ ਅੱਛਾ ਸੋਗ ਸੇ ਜਾਣਾ ਪੈਂਦਾ ਹੈ ਮੋੜ ਕਿਸੇ ਨਹੀਂ ਤਾਂ ਨੰਦੀ ਜਿ ਰਖਵਾ ਬਾਂਧਿਆ ਅੱਛਾ ਇਹ ਨਾ ਜਾਈਏ ਤੇ ਮਨ ਨਰਾਜ਼ ਹੋ ਜਾਂਦੇ ਆ ਨਰਾਜ਼ ਹੋ ਜਾਂਦੇ ਸੀ ਹਾਂ ਤੇ ਹੋਈ ਅੱਛਾ 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 ਠੀਕ ਹੋ ਗਿਆ ਅੱਛਾ ਤੇ ਫਿਰ ਉਹਨਾਂ ਨੇ ਉਹ ਕਿਹੜਾ ਤੁਸੀਂ ਦੱਸਦੇ ਪਿਓ ਕਦੋਂ ਉਹ ਛੜ ਜਾ ਨਾ ਮੁਰਦੇ ਨੇ ਹਾਂ ਜੋ ਮੋੜਾ ਡੀਆਂ ਜਿਸੜਿਆ ਸਵਾ ਸੁੱਕੇ ਸਵਾ ਜੇ ਛਰੀ ਉਸੇ ਡਾਡੀਆਂ ਚੁਗਦੇ ਨੇ ਹਾਂ ਮੋੜ ਜੁਨਾ ਵਰੀ ਜੀ ਹੁੰਦੀ ਹੈ ਉਹਨੇ ਨਾ ਗੱਠੀ ਬੰਦੇ ਅੱਛਾ ਗੱਠੀ ਬੰਦੇ ਕੋਲੇ ਹੀ ਹੁੰਦੀ ਹੈ ਜਿੱਥੇ ਰੱਖਦੇ ਅੱਛਾ ਜੀ ਉੱਥੇ ਮਨ ਰੱਖੀ ਜਾਗੂ ਚੌਤਰਾ ਹੁੰਦਾ ਹੈ ਪੱਕਾ ਚੌਤਰਾ ਹੁੰਦਾ ਅੱਛਾ ਜੀ ਉਹਦੇ ਵਿੱਚ ਉਹਦੇ ਚ ਪਾਣੀ ਦਾ ਭਰਿਆ ਰਹਿਣਾ ਹੈ ਅੱਛੇ ਵੇਲੇ ਦੇ ਵੀ ਤੇ ਰਾਤੀ ਵੀ ਅੱਛਾ ਉੱਥੇ ਮੋਰ ਕਿਸੇ ਦਾ ਉਹ ਨਾਲ ਕੋਠੜੀ ਹੁੰਦੀ ਉਹਦੇ ਵਿੱਚ ਜਾ ਤੇ ਰੱਖਿਆ ਚ ਅੱਛਾ ਜੀ ਰੱਖਦੇ ਤੇ ਉੱਥੇ ਮੋਰ ਪੂਜਾ ਕਰਦੇ ਹਾਂ ਹਾਂ ਪੂਜਾ ਕਰਦੇ ਤੇ ਮੋਰ ਆ ਜੀ ਮੈ ਆਪ ਖਬਰਾਂ ਤੇ ਜਾਣੇ ਹਾਂਜੀ ਹਾਂਜੀ ਐਵੇਂ ਪੂਜਾ ਕਰਦੇ ਤੇ ਮੋੜ ਜਾਂਦੇ ਅੱਛਾ ਅੱਛਾ ਤੇ ਤੁਸੀਂ ਦੱਸ ਰਹੇ ਸੀ ਵੀ ਜੇ ਦਾ ਅਗਰ ਕਿਸੇ ਦਾ ਬੇਟਾ ਫੌਤ ਹੋ ਜਾਂਦਾ ਸੀ ਪੁੱਤਰ ਕਿਸੇ ਦਾ ਤੇ ਉਹ ਸਿਰ ਤੇ ਕੀ ਕਰਦੇ ਸਨ ਇਹ ਜਿਹੜਾ ਨੰਦਾ ਪੁੱਤਰ ਉਹ ਵੀ ਸਾੜਦੇ ਐ ਸਾੜਦੇ ਤੇ ਉਹ ਸਿਰ ਨਾਲ ਕਹਿੰਦੇ ਸੀ ਗੰਜਾ ਕਰ ਲੈਂਦਾ ਸੀ ਤੇ ਉਹ ਉਹ ਕੀ ਕੀ ਉਹ ਆਲਾ ਜਾਣੇ ਆ ਕੋਣ ਕਰਾ ਲੈਂਦੇ ਜਿੰਦਾ ਅੱਛਾ ਪਿਓ ਮਰੇ ਅੱਛਾ ਹਾਂ ਸਿਰੋ ਗੋਨਾ ਕਰਾ ਲੈਣਾ ਤੇ ਉਹ ਜੋ ਵੀ ਮੁਸਲਮਾਨਾਂ ਦੇ ਨਾਲ ਬਣਿਆ ਰਹਿਣਾ ਅੱਛਾ ਹਾਂ ਠੀਕ ਹੋ ਗਿਆ ਜੀ ਠੀਕ ਠੀਕ ਅੱਛਾ ਤੇ ਬਾਬਾ ਜੀ ਕਦੋਂ ਪਾਕਿਸਤਾਨ ਦਾ ਹੋ ਗਿਆ ਕਿ ਪਾਕਿਸਤਾਨ ਬਣ ਗਿਆ ਵੇ ਹਾਂ ਤੇ ਫਿਰ ਕੀ ਹੋਇਆ ਇੱਥੇ ਤੁਹਾਡੇ ਭਗਵਾਨ ਨੇ ਕੀ ਕੀ ਕੀਤਾ ਲੋਗਾ ਉਹਨਾਂ ਨੂੰ ਲੁੱਟਿਆ ਤੇ ਨਹੀਂ ਲੈ ਅੱਛਾ ਅਸੀਂ ਜਿਵੇਂ ਆਪ ਖੂਹਾਂ ਤੇ ਹੁੰਦੇ ਆ ਮਾਨੂੰ ਨੰਦੀਆਂ ਰਖਵੇਂ ਵਾਂਦੇ ਆ ਠੀਕ ਹੋ ਗਿਆ ਉਹਨਾਂ ਨੂੰ ਨਾਨੂ ਕਿਵੇਂ ਲੁੱਟ ਗਏ ਅੱਛਾ ਹਾਂ ਕਾਕਾਣਾ ਲੋਟ ਲਿਆ ਹੋਵੇ ਤਾਂ ਪਤਾ ਨਹੀਂ ਐਸ ਤੇ ਖੂਹ ਤੇ ਰਹਿੰਦੇ ਆ ਤੁਸੀਂ ਖੂਹ ਤੇ ਤੁਹਾਡਾ ਘਰ ਹੈਗਾ ਸੀ ਹਾਂ ਜਿੰਗਿਆਲੇ ਖੂਹ ਤੇ ਅੱਛਾ ਤੁਹਾਡੇ ਕੋਲ ਢਿੰਗੇ ਵਾਲਾ ਖੂਹ ਸੀ ਹਾਂ ਜਿੰਗਿਆਣਾ ਖੂਹ ਹੈ ਕਸ਼ਮੀਰੀ ਦਾਸ ਦਾ ਠੀਕ ਹੋ ਗਿਆ ਜੀ ਆਓ ਛਣ ਲੈ ਆਂਦਾ ਉਹ ਹੀ ਤੁਹਾਨੂੰ ਕੋਟ ਚੋਂ ਉਥੋਂ ਲੈ ਕੇ ਆਇਆ ਸੀ ਲੈ ਬੂਟੇ ਚੱਕੂ ਲੈਂਦਾ ਸੀ ਬੂਟੇ ਚੱਕੂ ਲੈਂਦਾ ਅੱਛਾ ਉਹ ਦੇ ਵੀ ਕੰਦਾਸ ਰਾਲ ਤੇ ਕਾਇ ਖੋੜਿਆਂ ਤੇ ਚੜਦੇ ਤੇ ਸਾਡਾ ਪਾਰ ਲੈਂਦਾ ਨੇ ਠੀਕ ਹੋ ਗਿਆ ਤੇ ਕਿਸੇ ਉਹ ਆ ਦੇ ਖੋਡੀ ਕਹਨੇ ਤੇ ਰਖਾਇਆ ਚ ਅੱਛਾ ਅੱਗੇ ਉਹ ਕਿਸੇ ਦਾ ਭੋਜ ਦਿੱਤੀ ਐ ਸੋ ਪਰਾਰਾ ਨੂੰ ਮਾਰਾ ਨੂੰ ਤੇ ਖੋਖਰਾ ਨੂੰ ਉਹ ਪਾਣੀ ਪਿਛਾ ਲਾ ਲੈਂਦੇ ਆ ਅੱਛਾ ਉਹਨੇ ਕਿਹਾ ਵੀ ਪਾਣੀ ਸਾਡਾ ਲਾਉਣੇ ਪਿਛਾ ਅੱਛਾ ਆਪਾਂ ਅਲੂ ਟੇਕੂਨ ਲਾਈ ਆ ਆਖੀ ਪਾਣੀ ਪਿਛਾ ਮੋ ਕੋਈ ਲਾ ਲਵੇ ਹਾਂ ਹਾਂ ਮੋੜਾ ਸੀ ਉਚੜ ਤੇ ਆਏ ਮੋੜਾ ਸੀ ਕਿਸੇ ਦਾ ਪਾਣੀ ਦੀ ਚੇਪਨੀ ਲੋਡਾਂ ਲਿਤੀ ਹਾਂ ਦਾਈ ਜੀ ਲਗਦੇ ਆ ਹਾਂ ਹਾਂ ਜਿਹੜੀ ਆਏ ਆਪਣੀ ਦੇ ਸੇਣੇ ਫੋੜ ਕੱਢੀ ਖੜੀ ਆਏ ਬਾਦਰੀ ਹੋਏ ਤੇ ਲੋਡ ਡੜ ਪਈ ਹਾਂ ਹਾਂ ਸੇ ਆ ਬਾਦਰੀ ਹੋਏ ਤੇ ਦਾਈ ਲਵਾ ਤੇ ਗਏ ਅੱਛਾ ਹਾਂ ਠੀਕ ਹੋ ਗਿਆ ਅੱਛਾ ਕਦੋਂ ਇੱਥੇ ਹੋਵੇ ਪਾਕਿਸਤਾਨ ਬਣ ਗਿਆ ਤੁਹਾਨੂੰ ਨਹੀਂ ਪਤਾ ਵੀ ਇੱਥੇ ਪਿੰਡ ਵਾਲਿਆਂ ਕੀ ਕੀਤਾ ਵੇ ਤੇ ਤੁਹਾਡ ਗਿਆ ਕਿਵੇਂ ਤੁਸੀਂ ਆਏ ਨਹੀਂ ਮਿਲਣ ਨਹੀਂ ਆਏ ਉਹਨਾਂ ਨੂੰ ਕਦੋਂ ਪਾਕਿਸਤਾਨ ਬਣ ਗਿਆ ਨਾ ਹਾਂ ਤੁਹਾਨੂੰ ਪਤਾ ਤਾਂ ਲੱਗ ਗਿਆ ਹੋਵੇਗਾ ਵੀ ਇਹਨਾਂ ਨੇ ਹੁਣ ਜਾਣਾ ਇੱਥੋਂ ਹਾਂ ਲੱਗ ਗਿਆ ਤੇ ਤੁਸੀਂ ਮਿਲਣ ਨਹੀਂ ਆਏ ਉਹਨਾਂ ਨੂੰ ਨਹੀਂ ਮੇੜਨ ਮੇੜਨ ਚਾਰਦੇ ਉਹ ਸਾਨੂੰ ਵੜਾ ਨਹੀਂ ਦਿੰਦੇ ਚੱਕ ਕੇ ਟੀਬੇ ਮਾਰ ਸਾਨੂੰ ਮਾਰ ਨਹੀਂ ਇਹ ਕਿਸਮ ਹੈ ਗਿਆ ਲਾਲਾ ਬਖੰਡਾਸ ਉਹ ਆਪਣੇ ਲਖਣਵਾਲੀ ਤੇ ਜਿਹੜੇ Hindu ਬੈਠਿਆ ਹੈ ਉਹ ਮੋਲਾ ਸਾਰੇ ਹੀ ਮਾਰ ਸਕਦੇ ਉਹ ਡਰਦੇ ਹੋਏ ਵਿਚਾਰੇ ਓ ਸਾਨੂੰ ਕੀ ਮਿਲਣ ਦਾ ਸੀ ਉਹਨਾਂ ਨੂੰ ਕਿਵੇਂ ਮਿਲੀਏ ਮੋਲਿਆਂ ਦੇ ਵਿੱਚ ਕਿਹੜੇ ਸਿੱਖ ਸੀ ਜਾਂ ਹਿੰਦੂ ਉਹਨਾਂ ਨੂੰ ਉਹਨਾਂ ਨੇ ਪਿੰਡ ਵਾਲੇ ਹੀ ਮਾਰ ਛੱਡਿਆ ਸਾਰਿਆਂ ਸਾਰਿਆਂ ਨੇ ਮਾਰ ਛੱਡਿਆ ਇਹਨਾਂ ਮੋਲਾ ਅੱਛਾ ਹਾਂ ਆਵੇ ਆਰ ਬਣਾਇਆ ਇਹਨੇ ਬਈਆ ਖੁੜਾ ਜਾਂਦਾ ਪਿਆ ਗਲਾਬ ਰਾਤੀ ਛੋੜੀ ਹੋਈ ਹੂੰ ਹੂੰ ਤੇ ਛੋੜੀ ਹੋਈ ਕੋਈ ਨਹੀਂ ਆਈ ਅੱਛਾ ਓਏ ਅੱਗੇ ਇੱਕ ਬਾਰ ਆ ਜਾਂਦੀ ਆਂ ਜਾਂ ਬਈ ਕਿੱਥੇ ਬਈ ਆਈ ਹੋਣਾ ਹੂੰ 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 ਉਹਨ ਵੀ ਥਾ ਆਪਣੇ ਕੋਲ ਆ ਜਾਂਦੀ ਆ ਠੀਕ ਆ ਪਰਦੇ ਨੇ ਹੂੰ ਹੂੰ ਉਹ ਪਰਦੇ ਪਿਆ ਹੈ ਇਹ ਮੋਰ ਖੇਡਣ ਲੱਗ ਪਏ ਹੂੰ ਉਹਨੇ ਕਿਹਾ ਮਨ ਕੋ ਕੀ ਹੈ ਅੱਛਾ ਉਹ ਇਸ ਕੀਤਾ ਭਈ ਸਾੜੀ ਝਗੜਾ ਚੋੜੀ ਹੋਈ ਹੈ ਉਹ ਵੀ ਉਠੀ ਤੇ ਆ ਗਏ ਅੱਛਾ ਨਿਮਾਈ ਤਖੜੀ ਹੂੰ 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 ਉਹਦੇ ਚੋਂ ਉਹ ਵੀ ਉਠੀ ਤੇ ਆ ਗਏ ਤੇ ਉਹਨੇ ਵੇਖਿਆ ਖੁਰਾ ਤਾਂ ਹੈ ਕੋਈ ਮਨ ਕਾ ਵੇਖੋ ਮਰ ਜਿੰਦੇ ਬਣਾਉਂਦਾ ਪਲਾਲੀ ਸਾਹ ਹੂੰ ਇਹ ਜਾ ਬੱਚੇ ਤਾਂ ਖੜ ਜੁੜੇ ਹਨ ਉਹਨੇ ਮਾਰ ਸੱਟਾਂ ਲੀ ਜਿਹੜਾ ਬਿਖੰਦਾ ਸੋਨ ਨੂੰ ਆਸ਼ਾ ਵੀ ਲੱਗੀ ਜੀ ਅੱਛਾ ਇੱਕ ਮੁੱਦਾ ਜਿਹਾ ਡਿੱਗ ਗਿਆ ਅੱਛਾ ਉਹਦੇ ਕੋਲ ਡਾਬੇ ਚਾ ਸਭ ਸਟਾਲ ਭਰਿਆ ਆ ਹਾਂ ਹਾਂ ਉਹ ਠੋਕਿਆ ਹੈ ਨਵਾ ਮੋਲ ਮਾਰ ਸਟੇਸ ਅੱਛਾ ਮੈਂ ਉੱਤੇ ਬੜ ਸਾਰੇ ਅਪੜ ਗਏ ਹਾਂ ਉਹ ਜਨਾਬ ਬੁੱਢੀਆਂ ਨਹੀਂ ਗਏ ਲੱਗੀਆਂ ਹੈ ਅੱਛਾ ਤੇ ਹਿੰਦੂ ਉੱਥੇ ਮਰ ਗਏ ਅੱਛਾ ਯਾਨੀ ਕਿ ਉਸ ਪਿੰਡ ਦੀਆਂ ਸਿਰਫ ਔਰਤਾਂ ਬੱਚੀਆਂ ਤੇ ਬੰਦੇ ਮਾਰ ਛੜੇ ਉਹ ਸ਼ਾਇਦ ਤੇ ਤੇ ਕਮਾਂਡਾਂ ਨੂੰ ਵੜ ਗਈਆਂ ਹੈ ਹਾਏ ਹਾਏ ਉਹ ਨਿਕਲ ਗਈਆਂ ਹੈ ਤੇ ਬੰਦੇ ਮਾਰ ਸਟੇ ਹਾਂ ਹਾਂ ਅੱਛਾ ਤੇ ਤੁਸੀਂ ਫਿਰ ਉਹਨਾਂ ਨੂੰ ਮਿਲਣ ਨਹੀਂ ਆਏ ਉਹਨਾਂ ਨੂੰ ਆਰਮੀ ਆ ਕੇ ਲੈ ਗਈ ਮਿਲਟਰੀ ਹਾਂ ਇੱਥੇ ਮਿਲਟਰੀ ਲੈ ਗਈ ਮਿਲਟਰੀ ਲੈ ਗਈ ਹਾਂ ਅੱਛਾ ਬਾਬਾ ਕਦੋਂ ਚਲੇ ਗਏ ਆਓ ਤੇ ਚਲੇ ਗਏ ਇੱਥੇ ਇੱਥੇ ਕਿਹੜੇ ਮੁਸਲਮਾਨ ਸਨ ਲੋਹਾਰ ਤਰਖਾਨ ਆਓ ਕਿਹੜੇ ਇੱਥੇ ਰਹਿੰਦੇ ਸੀ ਇੱਥੇ ਹੀ ਰਹਿੰਦੇ ਆ ਉਹਨਾਂ ਤੋਂ ਉਹਨਾਂ ਤੋਂ ਨਹੀਂ ਪੁੱਛਿਆ ਤੁਸੀਂ ਫਿਰ ਕੀ ਕੀਤਾ ਇੱਥੇ ਕੀ ਹੋਇਆ ਫਿਰ ਨਹੀਂ ਕੋਈ ਨਹੀਂ ਐਸਾ ਤਾਂ ਪੁੱਛਿਆ ਦੱਸਿਆ ਕੋਈ ਕੰਮ ਹੋਵੇ ਤਾਂ ਆਂਦੇ ਆ ਨਹੀਂ ਬਾਬਾ ਜੀ ਗੱਲ ਸੁਣੋ 76 ਸਾਲ ਹੋ ਗਏ ਨੇ ਪਾਕਿਸਤਾਨ ਬਣੇ ਨੂੰ ਹਾਂ ਹੁਣ ਨਾ ਤੇ ਤੁਹਾਨੂੰ ਕੋਈ ਡਰ ਤੇ ਨਾ ਮੈਨੂੰ ਕੋਈ ਨਹੀਂ ਕੋਈ ਨਹੀਂ ਡਰ ਜੀ ਆਪਾਂ ਇਹ ਸੱਚ ਕਿ ਆਪਣੇ ਆਉਣ ਵਾਲੀਆਂ ਨਸਲਾਂ ਨੂੰ ਪਤਾ ਚੱਲੇ ਹਾਂ ਠੀਕ ਹੈ ਨਾ ਹਾਂ ਕਿਹੜਾ ਪਾਕ ਉਧਰੋਂ ਇੰਡੀਆ ਚੋਂ ਕਿਹੜੇ ਮੁਸਲਮਾਨ ਆਏ ਨੇ ਨਾ ਕਿਵੇਂ ਤੁਹਾਡੇ ਇੱਥੇ ਪੀਰ ਆਏ ਨੇ ਹਾਂ ਇੰਡੀਆ ਚੋਂ ਆਏ ਨੇ ਨਾ ਹਾਂ ਇਸੇ ਤਰ੍ਹਾਂ ਮੇਰੇ ਵੱਡੇ ਕਿਹੜੇ ਸੀ ਉਹ ਵੀ ਇੰਡੀਆ ਚੋਂ ਆਏ ਨੇ ਐਵੇਂ ਉਧਰ ਕਿਹੜੇ ਸਿੱਖ ਹਿੰਦੂਸਨ ਨਾ ਹਾਂ ਉਹਨਾਂ ਨੇ ਇਹਨਾਂ ਨਾਲ ਜ਼ਿਆਤੀਆਂ ਕੀਤੀਆਂ ਸਾਡੇ ਵੱਡਿਆਂ ਨਾਲ ਹਾਂ ਉਥੋਂ ਕੱਢ ਛੱਡਿਆ ਹਾਂ ਕੱਢ ਕੇ ਇਸੇ ਤਰ੍ਹਾਂ ਹੀ ਇੱਧਰ ਕਿਹੜੇ ਰਹਿੰਦੇ ਸੀ ਹੁਣ ਕਸ਼ਮੀਰੀ ਦਾਸ ਮਤਰਾ ਦਾਸ ਠੀਕ ਨੇ ਵੱਡੇ ਜ਼ਿਮੀਦਾਰ ਸਨ ਹਾਂ ਗਰੀਬ ਤਾਂ ਨਹੀਂ ਸੀ ਹੋਏ ਨਾ ਨਹੀਂ ਗਰੀਬ ਕੀ ਕਰ ਸਕਦਾ ਹੈ ਵੱਡੇ ਜ਼ਿਮੀਦਾਰ ਸਨ ਹਾਂ ਇਹਨਾਂ ਨੂੰ ਇਥੋਂ ਜਾਣਾ ਪੈ ਗਿਆ ਕਿ ਜੀ ਤੁਹਾਡਾ ਮੁਲਕ ਹਿੰਦੂਆਂ ਦਾ ਹਿੰਦੁਸਤਾਨ ਹੈ ਹਾਂ ਅੱਛਾ ਹੁਣ ਇੱਥੇ ਕਿਹੜੇ ਲੋਕ ਉਹਨਾਂ ਦੇ ਸਨ ਰਾਇਆ ਜਿਹੜੇ ਉਹਨਾਂ ਦੇ ਮਤਹਿਤ ਰਹਿੰਦੇ ਸਨ ਹਾਂ

अच्छा हां मानकू शेख मानकू शेख अच्छा वो ਲੈ ਗਿਆ ਉਹ ਫਿਰ ਇਹਨਾਂ ਦੇ ਉੱਤੇ ਇੰਡੀਆ ਚ ਲੈ ਗਿਆ ਆ ਲੈ ਜਾਣੇ ਮੁੰਡਾ ਜ ਆ ਜਾਂਾ ਬਾਬਾ ਜੀ ਆ ਗੱਲ ਤਾਂ ਨਾ ਕਰੋ ਅੱਲਾ ਜਾਣੇ ਤੁਸੀਂ ਵੀ ਕੁਝ ਜਾਣਦੇ ਹੋ ਕਿ ਨਹੀਂ ਤੁਸੀਂ ਕੋਈ ਅੱਜ ਆਪਾਂ ਸੱਚੀਆਂ ਗੱਲਾਂ ਕਰਨੀਆਂ ਨੇ ਹਾਂ ਤੇ ਮੈਨੂੰ ਆ ਦੱਸੋ ਕਿ ਕਿਹੜੇ ਇੱਥੇ ਲੋਕ ਰਹਿੰਦੇ ਸਨ ਹਾਂ ਭਗਵਾਨੇ ਚ ਹਾਂ ਉਹਨਾਂ ਨੇ ਡੇ ਡੇ ਇਹਨਾਂ ਦੇ ਘਰ ਸਨ ਕਸ਼ਮੀਰੀ ਦਾਸ ਦੇ ਹਾਂ ਮਥਰਾ ਦਾਸ ਦੇ ਹਾਂ ਇਹਨਾਂ ਕੀ ਕੀਤਾ ਉਹਨਾਂ ਨੂੰ ਲੁੱਟਿਆ ਕਿਵੇਂ ਲੋਟੀ ਕਹਿੰਦੇ ਨਾ ਲੋਟੀ ਪੈ ਗਈ ਓੜਦੋੜ ਪੈ ਗਈ ਇਹ ਅਸੀਂ ਤੇ ਮੁਰਖੂਆਂ ਦੇ ਰਹਿੰਦੇ ਹਾਂ ਸੰਦਪ ਤੁਹਾਨੂੰ ਦੱਸੇ ਵੀ ਕਿਸੇ ਨੇ ਕੋਈ ਨਹੀਂ ਹੈ ਅਸੀਂ ਤੇ ਮੁਰਖੂਆਂ ਦੇ ਰਹਿੰਦੇ ਹਾਂ ਮੁਰਸਾਨੂੰ ਕੀ ਪਤਾ ਅੱਛਾ ਠੀਕ ਹੋ ਅੱਛਾ ਫਿਰ ਬਾਬਾ ਜੀ ਕਦੋਂ ਚਲੇ ਗਏ ਮਿਲਟਰੀ ਉਹਨਾਂ ਨੂੰ ਲੈ ਕੇ ਚਲੀ ਗਈ ਹਾਂ ਬਾਕੀ ਤੁਸੀਂ ਆਪਣੇ ਖੂਹਾਂ ਤੇ ਰਹਿੰਦੇ ਸੀ ਆ ਖੂਹਾਂ ਤੇ ਰਹਿੰਦੇ ਆ ਘਰ ਬਾਹਰ ਹੀ ਉੱਥੇ ਆ ਉੱਥੇ ਤੇ ਇਹ ਕਿਹੜੇ ਮਹਾਜਰ ਇੱਥੇ ਆਏ ਨੇ ਹਾਂ ਇਹ ਵੀ ਕਿੰਨੇ ਅਰਸੇ ਬਾਅਦ ਆਏ ਪਾਕਿਸਤਾਨ ਬਣਨ ਤੋਂ ਬਾਅਦ ਉਹ ਗਈ ਆ ਗਏ ਕਿਹਨ ਦਾ ਇਹ ਆਪਣੇ ਮੀਰ ਸਾਹਿਬ ਕੇ ਵੀ ਅੱਛਾ ਇਹਨਾਂ ਸਾਡੇ ਕੋਲ ਵੰਡਾ ਲਈਆਂ ਐ ਅੱਛਾ ਕਿਹੜੀਆਂ ਮੁਰਦਾਈਆਂ ਦੀਆਂ ਵੰਡਾ ਆ ਜਾਂ ਜਿਹੜੀ ਵਾਹੀ ਦੀਆਂ ਐ ਅੱਛਾ ਅੱਛਾ ਇਹਨਾਂ ਸਾਡੇ ਕੋਲ ਲਈਆਂ ਐ ਅੱਛਾ ਕਿਹੜੇ ਮੀਰ ਸਾਹਿਬ ਸਨ ਜਿਹੜਾ ਇਹ ਸਾਨੂੰ ਇਹ ਮਜ਼ਾਰ ਵੀ ਨਜ਼ਰ ਆਂਦਾ ਪਿਆ ਵੇ ਹਾਂ ਇਹਨਾਂ ਦੇ ਕੋਲ ਘਰ ਸੀ ਕਸ਼ਮੀਰੀ ਦਾਸ ਦਾ ਹਾਂ ਐਸੇ ਤਰ੍ਹਾਂ ਹੀ ਐ ਨਾ ਹਾਂ 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 ਅੱਛਾ ਤੇ ਇਹ ਸ਼ਾਹਦ ਐਡਵੋਕੇਟ ਸਾਹਿਬ ਬੈਠੇ ਨੇ ਤੇ ਇਹਨਾਂ ਦੇ ਦਾਦਾ ਜੀ ਕਿਹੜੇ ਸੀ ਵੱਡੇ ਕਿਹੜੇ ਸੀ ਇਹਨਾਂ ਕੋਲ ਘਰ ਸੀ ਮਿਥਰੇ ਦਾਸ ਦਾ ਹਾਂ ਹਾਂ ਇਹ ਨਾਲੇ ਇਹਨਾਂ ਦੇ ਵੀ ਮਿਥਰੇ ਦਾਸ ਦਾ ਘਰ ਸੀ ਮਥਰੇਲੇ ਮਥਰੇਲੇ ਸੀ ਇਹ ਮੰਨਦੇ ਬਲਕਾ ਨਹੀਂ ਹੈ ਇਹ ਕੀ ਅੱਛਾ ਬਾਬਾ ਹੁਣ ਕੋ ਦੋ 76 ਸਾਲਾਂ ਬਾਅਦ ਅੱਜ ਤੂੰ ਬੈਠਾ ਸਾਡੇ ਕੋਲ ਹਾਂ ਤੂੰ 20 ਸਾਲਾਂ ਦਾ ਹੈਗਾ ਸੀ ਹਾਂ ਉਦੋਂ ਜ਼ਿੰਦਗੀ ਕਿਵੇਂ ਸੀ ਤੇ ਹੁਣ ਕਿਵੇਂ ਹੈ ਉਹ ਦੋਖ ਮੈਂ ਹਾਂ ਹਾਂ ਉਦੋਂ ਚੰਗੀ ਦੁਨੀਆ ਸੀ ਘੋਨ ਦੀ ਜ਼ਮਾਨਾ ਚੰਗਾ ਹੈ ਜ਼ਿੰਦਗੀ ਚੰਗੀ ਮੜੇ ਸੀ ਤੇ ਰਾਹ ਖੁੰਦਿਆ ਮੜੇ ਉਹ ਵੀ ਚੰਗਾ ਤੇ ਵੀ ਚੰਗਾ ਹੈ ਅੱਛਾ ਹੁਣ ਤੁਸੀਂ ਆਪਣੀ ਜ਼ਮੀਨ ਬਣਾ ਲਈ ਕਿ ਨਹੀਂ ਬਣਾਈ ਬਣਾ ਲਈ ਹੈ ਇਹ ਕਣੀ ਚੰਗੀ ਹੈ ਹੁਣ ਤਾਂ ਚੰਗਾ ਹੋ ਗਿਆ ਨਾ ਫਿਰ ਮਾਲਕ ਬਣ ਗਏ ਕਹਣਾ ਚੰਗਾ ਹੋ ਗਿਆ ਪਰ ਸੋਹਣਾ ਕਿੱਲੇ ਤਾਂ ਮੈਂ ਹੀ ਬਣਾਈ ਕਰਿਆ ਕੀ ਬਾਤ ਹੈ ਬਾਬਾ ਜੀ ਚੱਗੇ ਲਿੱਤਾ ਨਹੀਂ ਜੰਨੇ ਹੈ ਅੱਛਾ ਤੇ ਤੁਹਾਨੂੰ ਕੀ ਦਿੰਦਾ ਸੀ ਕਿ ਕਿਹੜਾ ਸੀ ਤੁਹਾਡਾ ਮਾਲਕ ਸੀ ਪੱਛਾਨਾ ਚੌਥਾ ਵੰਡ ਦੇ ਆਇਆ ਅੱਛਾ ਤੇ ਜਿਹੜੀ ਐ ਆਏ ਪਾਣੀ ਰੇਜਦਾ ਹਾਂ ਹਾਂ ਇਹ ਤਰੀਆ ਵੰਡ ਦੇ ਅੱਛਾ ਤੇ ਕਿਹੜਾ ਬਾਬਾ ਨਹਿਰਾਂ ਸੀ ਇੱਥੇ ਹਾਂ ਤੁਹਾਡੀ ਸ਼ਸ਼ਮਾਈ ਸੀ ਕਿ ਸਾਲ ਚੱਲਦੀ ਸੀ ਨਹਿਰ ਕੋਈ ਨਹਿਰ ਸਨ ਕਿ ਨਹੀਂ 6 ਮਹੀਨੇ ਨਹਿਰਾ ਸੀ 6 ਮਹੀਨੇ ਹੁਣ ਵੀ 6 ਮਹੀਨੇ ਅੱਛਾ ਉਦੋਂ ਵੀ 6 ਮਹੀਨੇ ਤੇ ਹੁਣ ਵੀ 6 ਮਹੀਨੇ ਤੇ ਬਾਬਾ ਫਸਲਾਂ ਕਿਵੇਂ ਹੁੰਦੀਆਂ ਸੀ ਇੱਥੇ ਫਸਲਾਂ ਅੱਗੇ ਨਾਲੋਂ ਹੁਣ ਚੋ-ਚੋਖੀਆਂ ਤੇ ਚੰਗੀਆਂ ਹੁਣ ਚੰਗੀਆਂ ਆ ਗਈਆਂ ਹਾਂ ਹੋਣ ਟੂਵਲ ਲੱਗ ਗਿਆ ਲੋਕਾਂ ਨੇ ਲਾ ਲਿਆ ਅੱਗੇ ਅੱਗੇ ਦੇਖੀਏ ਜੇ 100 ਕਿਲਾ ਵਿਲਾ ਪਿਆ ਤੇ ਦਾਖਲੇ ਰਲ ਹੀ ਹੋਈ ਹੈ ਹਮਮ ਇਮਾਲ ਚਰਦੇ ਬੰਦੇ ਮਾਲ ਚਲਦੇ ਹੁਣ ਤੇ ਮਰਦਾ ਕੋਈ ਨਹੀਂ ਛੱਡਦਾ ਹਮਮ ਵਿੱਚ ਅਗਨੇ ਤਰਪਣਾ ਲਾ ਛੱਡ ਜਾਂਦੇ ਹਮਮ ਟੂਆ ਲਾ ਛੱਡਦੇ ਹਮਮ ਤੇ ਸਿਲਸਿਲੇ ਬਣਾ ਛੱਡਦੇ ਅੱਗੇ ਖੂਹਾਂ ਦੇ ਵਾਇਆ ਕੀ ਹੁੰਦੀ ਹੈ ਅੱਛਾ ਕੀ ਬਾਬਾ ਠੇਕਾ ਤੁਹਾਡੇ ਇੱਥੇ ਹੁਣ ਅੱਗੇ ਹੁਣ ਹੁਣ ਕਿੰਨਾ ਠੇਕਾ ਵੇ ਹੁਣ ਤਾਂ ਜੀ 3 ਜਾਂ 3 ਲੱਖ ਵੀ ਮੰਗਦੇ ਠੇਕਾ 3 ਲੱਖ ਹਾਂ ਤੇ ਤੁਸੀਂ ਆਪੇ ਬੋਲਦੇ ਹੋ ਕਿ ਅੱਗੇ ਠੇਕੇ ਦੇ ਦਿੱਤੀ ਤੁਸੀਂ ਹਾਂ ਅਸਤਾਬਾਨ ਆਪੇ ਬੋਲਦੇ ਹਾਂ ਤੇ ਕਿਹੜਾ 3 ਲੱਖ ਠੇਕੇ ਤੇ ਲੈਂਦਾ ਹੋਵੇ ਉਹ ਕੀ ਕ ਵਿੱਚੋਂ ਕਿੰਨਾ ਕਮਾ ਲੈਂਦਾ ਹੋਵੇ ਲੈ ਜਾਨੀ ਜੀ ਕਿੰਨਾ ਕ ਦੇਖੋ ਬੱਚਾ ਇੱਥੇ ਹਾਂ ਉਹਨੇ ਕੋਲ ਆ ਬੁੜੀ ਬਾ ਹਮ ਹਮ ਸਰਦਾਰ ਲਗਾਇਆ ਉਸ ਕਿਤਾਬੇ 3 ਲੱਖ ਤੋਂ ਘੱਟ ਮੈਂ ਦੇਣੀ ਕਾਇ ਨਹੀਂ ਇਹ ਤੇ ਅਗਲੇ ਰੁਪਏ ਮੇਰੇ ਅਦਾਕਾਰ ਹਮ ਨਹੀਂ ਤੇ ਭਾਈ ਰੁਪਈਆ ਮੇਰੇ ਵੰਦੇ ਤੇ ਬੋਏ ਮੈਂ ਆਗਾ ਦੇਣਾ ਤੇ ਨਹੀਂ ਤੇ 3 ਲੱਖ ਰੁਪਈਆ ਦੇ ਤੇ ਆਦੀ ਬੋਏ ਵਾ ਅੱਛਾ ਕਿਤੇ ਬੁੜੀ ਵਾ ਵੇ ਇਹ ਭਵਾਨੇ ਦੇ ਵਿੱਚ ਹੈਗਾ ਭਵਾਨੇ ਚ ਹੈ ਇੱਕ ਇੱਕ ਤਾਂ ਖੂ ਹੈਗਾ ਸੀ ਇਹ ਹੈ ਸ਼ਰਾਫ ਦਾ ਤੇ ਦਵਾ ਕੀ ਹੈ ਅਬ ਉਹ ਲੈਣ ਨਾ ਕੀ ਹੈ ਨਹੀਂ ਬਾਬਾ ਪਹਿਲੇ Hindu ਕਿਹੜਾ ਸੀ ਕਿ ਕਿੰਦ ਕਿੰਦੇ ਕੋਲ ਹੁੰਦਾ ਸੀ ਬੁੜੀ ਵਾਂ ਕਿਹਦਾ ਸੀ ਹੈ ਹੁਣ ਤੇ ਬੁੜੀ ਵਾਂ ਕਿਸੇ ਦਾ ਅੱਗੇ Hinduਆਂ ਦੀ ਆਈ ਹੋਣ ਕਿਸੇ ਦਾ ਆਪਣੇ ਬੋਦਲਿਆਂ ਦੇ ਬੋਦਲਿਆਂ ਦੇ ਕੋਲ ਹਾਂ ਅੱਛਾ ਅੱਛਾ ਲੋ ਜੀ ਫਿਰ ਤੁਹਾਨੂੰ ਨਹੀਂ ਪਤਾ ਚੱਲੇ ਵੀ ਇੱਥੇ ਕੀ ਲੁੱਟਮਾਰ ਹੋਈ ਕੁਛ ਵੀ ਨਹੀਂ ਚਾਰ ਬਲਦ ਦੇ ਦਿੱਤੇ ਪੀਰੇ ਹਮੇਸ਼ਾ ਨੂੰ ਹਾਂ ਹੋਰ ਸਾਨੂੰ ਕੋਈ ਪਤਾ ਨਹੀਂ ਅੱਛਾ ਤਾਂ ਬਾਬਾ ਪੀਰੇ ਹਮੇਸ਼ਾ ਦਾ ਕਿਹੜਾ ਮੇਲਾ ਪਹਿਲੇ ਵੀ ਲੱਗਦਾ ਸੀ ਅੱਗੇ ਹੀ ਲੱਗਦਾ ਹੈ ਪਾਕਿਸਤਾਨ ਬਣਨ ਤੋਂ ਪਹਿਲੇ ਉਹ ਆਪ ਵੀ ਲਗਾਉਂਦੇ ਆਏ ਜੀ ਭਾਈ ਉਹ ਜਿਹੜਾ ਉੱਤੇ ਮੁਜਾਰਾ ਬੈਠਾ ਹਾਂ ਉਹਨੂੰ ਮਥਰੇ ਦਾ ਸੰਦਾ ਜੇ ਤੇ ਚਨਾਮ ਹੋਵੇ ਤੇ ਹਰਸ਼ਾ ਮੇਰੇ ਕੋਲ ਲੈ ਜਾਂਦੇ ਜਾਂਦੇ ਕਰ ਮੇਲਾ ਹਾਂ ਇਹ ਅੱਗੇ ਜਾਏ ਅੱਛਾ ਯਾਨੀ ਹਾਂ ਕਹਿਣੀਆਂ ਕਾਲੀਆਂ ਮਹੀਂ ਚੋਰਾ ਛੱਡ ਲੈਂਦੀਆਂ ਅੱਛਾ ਤੇ ਮਗਰੂ ਮਾਲਕਾਂ ਜਿਹੜਾ ਆਣਾ ਗੂ ਜਿਹੜੇ ਵਾਰ ਰਪੜੀਂਦੀ ਆਏ ਹਾਂ ਹਾਂ ਕੋਣ ਨੇੜੇ ਆਈ ਖੜੀ ਗਈ ਹਾਂ ਉਛੜਾ ਉਹਨਾਂ ਚੋਰਾ ਇਹ ਗੱਲ ਕੀਤੀ ਜੀ ਸਾਨੂੰ ਆਜ ਰੱਖ ਲੈ

ਆ ਜਪੀਰੇ ਮੈਂ ਹੂੰ ਹੂੰ ਅੱਛਾ ਇੱਥੇ ਪੀਰ ਹਿੰਮੇ ਦਾ ਮੇਲਾ ਇੱਥੇ ਭਗਵਾਨੇ ਲੱਗਦਾ ਸੀ ਆ ਲੱਗਦਾ ਹੈ ਅੱਛਾ ਕਾਲੀਆਂ ਤੇ ਕਾਇਆਂ ਕਰ ਦਿੰਦਾ ਅੱਛਾ ਤੇ ਕਿਹੜੇ ਪਹਿਲੇ ਇੱਥੇ ਕੋਈ ਦੂਸਰਾ ਕਿਵੇਂ ਕੁੱਤਿਆਂ ਦਾ ਇੱਥੇ ਲੜਾਈਆਂ ਹੁੰਦੀਆਂ ਸੀ ਅਸੀਂ ਛੋਟੇ ਛੋਟੇ ਇੱਥੇ ਹੁੰਦੇ ਸੀ ਨਾ ਤੇ ਕੁੱਤੇ ਵੀ ਲੜਾਈ ਆਉਂਦੀਆਂ ਮੇਲੇ ਤੇ ਅੱਗੇ ਕੁੱਤੇ ਨਹੀਂ ਹੁੰਦੇ ਆ ਇਹਦੇ ਮੋੜ ਵਿੱਚੋਂ ਵਾਜੜਾ ਹੈ ਨਾ ਕੋਈ ਗਵਰਨਮੈਂਟ ਵਾਲੋਂ ਸਖਤੀ ਹੋਈ ਸਖਤੀ ਹੋਈ ਹੈ ਉਹਦਾ ਛੱਡ ਗਏ ਅੱਛਾ ਤਾਂ ਬਾਬਾ ਇੱਥੇ ਕਬੱਡੀ ਵੀ ਚਾਟਾਂ ਦੀ ਕਬੱਡੀ ਵੀ ਖੇਡਦੇ ਹੁੰਦੇ ਆ ਹਾਂ ਬੜੀ ਖੇਡਦੇ ਆਏ ਬੜੀ ਖੇਡਦੇ ਤੇ ਪਾਕਿਸਤਾਨ ਮਨੋਂ ਤੋਂ ਪਹਿਲੇ ਵੀ ਖੇਡਦੇ ਸੀ ਆ ਬੜੀ ਅੱਜ ਤੁਸੀਂ ਵੀ ਖੇਡਦੇ ਸੀ ਕਿ ਨਹੀਂ ਬੜੇ ਖੇਡਦੇ ਰਹੇ ਹੁਣ ਦੇ ਮੁਰ ਰਹਿ ਪਏ ਹੁਣ ਮੁਰ ਨਹੀਂ ਬਾਬਾ ਜੀ ਬਹੁਤ ਠੀਕ ਮਾਸ਼ਾਅੱਲਾ ਤੁਹਾਡੀ ਸਿਹਤ ਬੜੀ ਚੰਗੀ ਹੈਗੀ ਹਾਂ ਹੁਣ ਰਹਿ ਪਏ ਆ ਨਹੀਂ ਤੇ ਖੇਡਦੇ ਆ ਬੜੀ ਸਾਡਾ ਪਿਓ ਵੀ ਖੇਡਦਾ ਰਿਹਾ ਅੱਛਾ ਅੱਛਾ ਚਲ ਕੋਈ ਐਸੀ ਗੱਲ ਸੁਣਾਓ ਪਾਕਿਸਤਾਨ ਬਣਨ ਤੋਂ ਪਹਿਲਾਂ ਦੀ ਜਿਹੜੀ ਤੁਸੀਂ ਅਜੇ ਤੱਕ ਭੁੱਲੇ ਨਾ ਹੋਵੋ ਕੋਈ ਐਸੀ ਗੱਲ ਸੁਣਾਓ ਕੋਈ ਸਾਨੂੰ ਹਾਂ ਕੀ ਸੁਣਾਵਾਂ ਕੋਈ ਗੱਲ ਸੁਣਾਓ ਐਸੀ ਕਿਵੇਂ ਤੁਹਾਡੇ ਕਿਹੜੇ ਮਾਲਕ ਸਨ ਹਾਂ ਇਹਨਾਂ ਦੇ ਬਾਰੇ ਚ ਜਾਂ ਇੱਥੇ ਦੇ ਕਿਹੜੇ ਲੋਕ ਸਨ ਹਾਂ ਇਨਾਂ ਦੇ ਕੋਈ ਨਹੀਂ ਜੀ ਕੋਈ ਉਹਨਾਂ ਵਾਧਾ ਘਾਟਾ ਕੀ ਕਰਨਾ ਉਹ ਜਿਵੇਂ ਅਸੀਂ ਆ ਬਰਾ ਬਖਿਆ ਹਾਂ ਐਵੇਂ ਤੇ ਰਵਾ ਦੇ ਘਾਟੇ ਕੋਈ ਕਰਦੇ ਆਏ ਹਾਂ ਹਾਂ ਇੱਕ ਜੋ ਨਾਲ ਠੀਕ ਹੋ ਗਿਆ ਆਏ ਬੰਦਾ ਪਿਆਖੇ ਬਈ ਉਹ ਜੀ ਲੰਗੜਾ ਲੰਡੇ ਆ ਆਏ ਕਰ ਜਾ ਆਏ ਕਰ ਜਾ ਕੋਈ ਨਹੀਂ ਕਰ ਤੁਹਾਡਾ ਹੱਕ ਤੁਹਾਨੂੰ ਦੇ ਦਿੰਦੇ ਸਰ ਜੀ ਹੱਕ ਸਾਨੂੰ ਮਿਲ ਜਾਂਦਾ ਅੱਛਾ ਤੇ ਆਦ ਆ ਜੇ ਕੋਈ ਸ਼ਕਤੀ ਵੀ ਕਰਦਾ ਤਾਂ ਉੱਤੇ ਜੋਰ ਲਾਉਂਦੇ ਆ ਅੱਛਾ ਹਾਂ ਠੀਕ ਉਧਰੋਂ ਕੋਈ ਆਇਆ ਪਾਕਿਸਤਾਨ ਬਣਨ ਤੋਂ ਬਾਅਦ ਕਿ ਨਹੀਂ ਕੋਈ ਨਹੀਂ ਆਇਆ ਇਹਨਾਂ ਦੋਨਾਂ ਘਰਾਂ ਚ ਕੋਈ ਵੀ ਨਹੀਂ ਆਇਆ ਕੋਈ ਵੀ ਨਹੀਂ ਆਇਆ ਕਿਸੇ ਚਾਕੇ ਚ ਵੀ ਨਹੀਂ ਆਇਆ ਇੱਥੇ ਨਾਲ ਦੇ ਚੱਕੇ ਕਿਸੇ ਚ ਨਹੀਂ ਆਇਆ ਨਿਆਲੇ ਚ ਕੋਈ ਨਹੀਂ ਆਇਆ ਨਿਆਲੇ ਚ ਵੀ ਕੋਈ ਨਹੀਂ ਆਇਆ ਹਾਂ ਠੀਕ ਲੋ ਜੀ ਬਹੁਤ ਮਿਹਰਬਾਨੀ ਬਾਬਾ ਜੀ ਖੁਸ਼ ਰਹੋ ਬਾਦ ਰਹੋ